ਤੇ ਬਖਸ਼ਿਸ਼ ਮੰਗਦੇ ਨੇ ਉਹਦੇ ਲਈ ਜਿਹੜਾ ਜ਼ਮੀਨ ਵਿੱਚ ਹੈ ਸੁਣ ਰੱਖੋ ਜ਼ਰੂਰ ਅੱਲਾ ਹੀ ਇਹ ਬਖਸ਼ਣ ਆਰ ਮਿਹਰਬਾਨ ਤੇ ਜਿੰਨਾ ਬਣਾਏ ਨੇ ਸਵਾ ਉਹਦੇ ਹਮੈਤੀ ਅੱਲਾ ਨੂੰ ਉਹ ਯਾਦ ਨੇ ਤੇ ਤੂੰ ਨਹੀਂ ਉਹਨਾਂ ਦਾ ਜ਼ਿੰਮੇਦਾਰ ਐ ਹਬੀਬ ਅਸਾਂ ਉਤਾਰਿਆ ਹੀ ਤੇਰੇ ਵੱਲ ਕੁਰਾਨ ਅਰਬੀ ਬੋਲੀ ਦਾ ਤਾਂ ਤੂੰ ਮੱਕੇ ਦੇ ਲੋਕਾਂ ਤੇ ਉਸ ਦੇ ਦਵਾਲੇ ਦੇ ਨੂੰ ਡਰਾਵੇਂ ਤੇ ਡਰਾਵੇਂ ਕਿਆਮਤ ਵਿੱਚ ਇਕੱਠੇ ਹੋਣੇ ਦੇ ਦਿਨੋਂ ਕੁਝ ਸ਼ੱਕ ਨਹੀਂ ਉਸ ਦੇ ਆਮਨੇ ਵਿੱਚ ਇੱਕ ਟੋਲੇ ਨੂੰ ਬਿਸ਼ਤ ਵਿੱਚ ਜਾਣਾ ਹੈ ਤੇ ਇੱਕ ਟੋਲੇ ਨੂੰ ਦੋਜ਼ਖ ਵਿੱਚ ਜਾਣਾ ਹੈ ਤੇ ਜੇ ਕਦੇ ਚਾਹਦਾ Allah ਤਾਂ ਕਰ ਦਿੰਦਾ ਉਹਨਾਂ ਨੂੰ ਇੱਕੋ ਟੋਲਾ ਪਰ ਵਾਰਦਾ ਜਿਸ ਨੂੰ ਚਾਹੇ ਆਪਣੀ ਮਹਿਰ ਵਿੱਚ ਤੇ ਜੋ ਜ਼ਾਲਮ ਨੇ ਉਹਨਾਂ ਦਾ ਕੋਈ ਨਹੀਂ ਹੈ ਮਾਤੀ ਤੇ ਨਾ ਮਦਦਗਾਰ ਭਲਾ ਉਹਨਾਂ ਬਣਾਏ ਨੇ ਸਵਾ ਉਹਦੇ ਕੰਮ ਬਣਾਉਣ ਵਾਲੇ ਸੋ Allah ਹੀ ਇਹ ਕੰਮ ਬਣਾਉਣ ਵਾਲਾ ਤੇ ਉਹ ਜਵਾਂਦਾ ਮੋਇਆਂ ਨੂੰ ਉਸੇ ਦਾ ਹਰ ਕਾਛੇ ਉੱਤੇ ਵਾਸ ਚੱਲਦਾ ਤੇ ਜਿਸ ਗੱਲ ਵਿੱਚ ਤੁਸੀਂ ਝਗੜਾ ਕਰੋ ਕੋਈ ਗੱਲ ਹੋਵੇ ਸੋ ਫੈਸਲਾ ਕਰਨਾ ਉਸ ਦਾ ਹਵਾਲੇ ਹੈ ਖੁਦਾ ਦੇ ਇਹੋ ਜੀ ਅੱਲਾ ਰੱਬ ਮੇਰਾ ਉਸੇ ਉੱਤੇ ਮੈਂ ਪਰੋਠਾ ਕੀਤਾ ਤੇ ਉਸੇ ਵੱਲ ਮੈਂ ਮੋੜਨਾ ਬਣਾਉਣ ਵਾਲਾ ਅਸਮਾਨਾ ਤੇ ਜ਼ਮੀਨ ਦਾ ਬਣਾ ਦਿੱਤੇ ਸੂ ਉਹ ਤੁਹਾਨੂੰ ਤੁਹਾਡੇ ਵਿੱਚੋਂ ਜੋੜੇ ਤੇ ਚੋਖਰਾ ਵਿੱਚੋਂ ਜੋੜੇ ਫਿਲਾਂਦਾ ਹੈ ਤੁਹਾਡੀਆਂ ਨਸਲਾਂ ਇਸ ਤਦਬੀਰ ਨਾਲ ਉਹ ਜੀ ਤਰ੍ਹਾਂ ਜਿਆ ਕੋਈ ਨਹੀਂ ਤੇ ਉਹ ਹੀ ਸੁਣਦਾ ਵੇਖਦਾ ਉਸੇ ਕੋਲ ਨੇ ਕੁੰਝੀਆਂ ਅਸਮਾਨਾਂ ਤੇ ਜ਼ਮੀਨ ਦੀਆਂ ਕੋਸ਼ائش ਕਰਦਾ ਰਜ਼ਕ ਦੀ ਜਿਹਦੇ ਲਈ ਚਾਹੇ ਤੇ ਤੰਗੀ ਕਰਦਾ ਹੈ ਉਹ ਜ਼ਰੂਰ ਹਰ ਕਿਸੇ ਦਾ ਜਾਣੂ ਹੈ ਠਰਾ ਦਿੱਤਾ ਤੁਹਾਨੂੰ ਉਹ دین ਜਿਸ ਦੀ ਤਾਕੀਦ ਕੀਤੀ ਨੂਹ ਨੂੰ ਤੇ ਹਾਬੀਬ ਜਿਸ ਦਾ ਹੁਕਮ ਭੇਜਿਆ ਅਸਾਂ ਤੇਰੇ ਵੱਲ ਤੇ ਜਿਸ ਦੀ ਤਾਕੀਦ ਕੀਤੀ ਸੀ ਅਸਾਂ ਇਬਰਾਹੀਮ ਤੇ ਮੂਸਾ ਤੇ ঈਸਾ ਨੂੰ ਭਾਈ ਪੱਕੇ ਰਹਿ ਉਹ دین ਉੱਤੇ ਤੇ ਫੁੱਟਣਾ ਪਾਉ ਉਸ ਵਿੱਚ ਭਾਰੂ ਹੋਈ ਹੈ ਸ਼ਰੀਕ ਛਹਿਰਾਨ ਵਾਲਿਆਂ ਉੱਤੇ ਜਿਸ ਗੱਲ ਵੱਲ ਤੂੰ ਸੱਜਣਾ ਉਹਨਾਂ ਨੂੰ ਅੱਲਾ ਖਿੱਚ ਲੈਂਦਾ ਆਪਣੇ ਵੱਲ ਜਿਸ ਨੂੰ ਚਾਹੇ ਤੇ 라 ਦੱਸਦਾ ਆਪਣੇ ਵੱਲ ਉਸ ਨੂੰ ਜਿਹੜਾ ਮੋੜਾ ਆਏ ਤੇ ਲੋਕਾਂ ਫੁੱਟ ਨਹੀਂ ਨੇ ਪਾਈ ਪਰ ਦੁੱਖ ਕਰਕੇ ਆਪੇ ਵਿੱਚ ਪਿਛੇ ਇਸ ਦੇ ਜੋ ਆ ਚੁੱਕਿਆ ਉਹਨਾਂ ਕੋਲ ਇਲਮ ਤੇ ਜੇ ਕਦੇ ਨਾ ਹੁੰਦੀ ਇੱਕ ਗੱਲ ਪਹਿਲੇ ਨਿਕਲ ਚੁੱਕੀ ਤੇਰੇ ਰੱਬ ਵੱਲੋਂ ਇੱਕ ਛਰਾਈ ਹੋਈ ਮੁੱਦਤ ਠੀਕ ਤਾਂ ਫੈਸਲਾ ਹੋ ਜਾਂਦਾ ਉਹਨਾਂ ਵਿੱਚ ਤੇ ਜਿਨ੍ਹਾਂ ਦੇ ਹੱਥ ਲੱਗੀ ਕਿਤਾਬ ਪਿੱਛੇ ਉਹਨਾਂ ਦੇ ਉਹਨਾਂ ਨੂੰ ਸ਼ੁਭਾਏ ਉਸ ਵਿੱਚ ਬੇਕਰਾਰ ਕਰਨ ਵਾਲਾ ਸੋ ਉਸੇ ਵੱਲ ਤੂੰ ਛੱਦ ਤੇ ਆਪ ਮਜ਼ਬੂਤ ਰਹਿ ਜਿਉਂ ਤੈਨੂੰ ਹੁਕਮ ਹੋਇਆ ਤੇ ਨਾ ਤੁਰ ਉਹਨਾਂ ਦੀ ਚਾਹ ਉਤੇ ਤੇ ਆਖ ਦੇ ਅਸੀਂ ਮੰਨ ਲਈਏ ਜੋ ਕਿਤਾਬ ਵੀ ਉਤਾਰੀ ਅੱਲਾ ਨੇ ਤਾਂ ਮੈਨੂੰ ਹੁਕਮ ਹੋਇਆ ਜੋ ਮੈਂ ਇਨਸਾਫ ਕਰਾਂ ਤੁਸਾਂ ਵਿੱਚ ਅੱਲਾ ਰੱਬ ਹੈ ਸਾਡਾ ਤੇ ਰੱਬ ਹੈ ਤੁਹਾਡਾ ਸਾਡੇ ਲਈ ਨੇ ਸਾਡੇ ਅਮਲ ਤੇ ਤੁਹਾਡੇ ਲਈ ਨੇ ਤੁਹਾਡੇ ਅਮਲ ਕੋਈ ਝਗੜਾ ਨਹੀਂ ਸਾਡੇ ਤੇ ਤੁਹਾਡੇ ਵਿੱਚ ਅੱਲਾ ਇਕੱਠਾ ਕਰੇਗਾ ਸਾਨੂੰ ਤੁਹਾਨੂੰ ਤੇ ਉਸੇ ਵਾਲੇ ਮੋੜ ਤੇ ਜਿਹੜੇ ਝਗੜਾ ਪਾਉਂਦੇ ਨੇ ਅੱਲਾਹ ਦੀ ਗੱਲ ਵਿੱਚ ਪਿੱਛੇ ਇਸ ਦੇ ਜੋ ਹਲਕਤ ਮੰਨ ਚੁੱਕੀ ਔਸ ਨੂੰ ਝਗੜਾ ਉਹਨਾਂ ਦਾ ਬਾਤਲ ਹੋਇਆ ਹੈ ਉਹਨਾਂ ਦੇ ਰੱਬ ਕੋਲ ਤੇ ਉਹਨਾਂ ਉੱਤੇ ਗੁੱਸਾ ਹੈ ਉਹਦਾ ਤੇ ਉਹਨਾਂ ਨੂੰ ਸਖਤ ਮਾਰੇ ਅੱਲਾਹ ਉਹ ਹੋਏ ਜਿਸ ਉਤਾਰੀ ਕਿਤਾਬ ਤੇ ਤਰਕੜੀ ਸਚਾਈ ਨਾਲ ਤੇ ਕਹਿੰਦਾ ਸਿਆ ਤੈਨੂੰ ਸ਼ਾਇਦ ਗਿਆਮ ਦੇ ਨੇੜੇ ਹੀ ਹੋਵੇ ਸ਼ਤਾਬੀ ਕਰਦੇ ਨੇ ਉਸ ਤੇ ਜਿਹੜੇ ਨਹੀਂ ਮੰਨਦੇ ਉਸ ਨੂੰ ਤੇ ਜਿੰਨਾ ਮੰਨਿਆ ਹੈ ਕੰਬਦੇ ਨੇ ਉਸ ਤੋਂ ਤੇ ਜਾਣਦੇ ਨੇ ਭਾਈ ਉਹ ਠੀਕ ਹੈ ਸੁਣਨਾ ਹੈ ਜਿਹੜੇ ਸ਼ੱਕ ਕਰਦੇ ਨੇ ਕਿਆਮਤ ਵਿੱਚ ਜ਼ਰੂਰ ਪੁੱਲ ਵਿੱਚ ਨੇ ਰਹਾਉ ਦੂਰ ਅੱਲਾ ਨਰਮੀ ਕਰਨ ਵਾਲਾ ਹੈ ਆਪਣੇ ਬੰਦਿਆਂ ਨਾਲ ਰਿਜ਼ਕ ਦਿੰਦਾ ਜਿਸ ਨੂੰ ਚਾਹੇ ਤੇ ਉਹ ਹੈ ਤਾਕਤ ਪਰ ਜ਼ੋਹਰਾਵਰ ਜਿਹੜਾ ਚਾਹਦਾ ਹੋਵੇ ਖੇਤੀ ਆਖਰਤ ਦੀ ਅਸੀਂ ਵਾਦਾ ਪਾ ਦਿੰਨੇ ਆ ਉਹਦੇ ਲਈ ਉਹਦੀ ਖੇਤੀ ਵਿੱਚ ਤੇ ਜਿਹੜਾ ਚਾਹਦਾ ਹੋਵੇ ਖੇਤੀ ਦੁਨੀਆ ਦੀ ਦੇ ਦੇਣੇ ਅਸੀਂ ਉਹਨੂੰ ਕੁਝ ਉਸ ਵਿੱਚੋਂ ਤੇ ਨਹੀਂ ਉਹ ਦਾਖਲਤ ਵਿੱਚ ਕੁਝ ਹਿੱਸਾ ਅੱਲਾ ਉਹਨਾਂ ਦੇ ਕੋਈ ਸ਼ਰੀਕ ਨਹੀਂ ਜਿਨ੍ਹਾਂ ਸਹਿਰਾ ਦਿੱਤਾ ਹੈ ਉਹਨਾਂ ਨੂੰ دین ਵਿੱਚੋਂ ਉਹ ਤਰੀਕਾ ਜਿਸ ਦਾ ਹੁਕਮ ਨਹੀਂ ਦਿੱਤਾ ਅੱਲਾ ਨੇ ਇਹ ਕਦੇ ਨਾ ਨਿਕਲ ਚੁਕਦੀ ਗੱਲ ਫੈਸਲੇ ਦੀ ਤਾਂ ਫੈਸਲਾ ਹੋ ਜਾਂਦਾ ਉਹਨਾਂ ਵਿੱਚ ਤੇ ਜੋ ਜ਼ਾਲਮ ਨੇ ਜ਼ਰੂਰ ਉਹਨਾਂ ਨੂੰ ਦੁੱਖ ਦੀ ਮਾਰ ਦੇ ਤੂੰ ਵੇਖੇਂਗਾ ਜ਼ਾਲਮਾਂ ਨੂੰ ਕੰਬਦੇ ਆਪਣੀ ਕੀਤੀ ਕਮਾਈੋਂ ਤੇ ਉਸ ਦੀ ਸਜ਼ਾ ਮਿਲਣੀ ਹੈ ਉਹਨਾਂ ਨੂੰ ਤੇ ਜਿੰਨਾ ਮਨੀਆਂ ਤੇ ਕੀਤੀਆਂ ਭਲਾਈਆਂ ਵਿਸ਼ਤਾਂ ਦੇ ਬਾਗਾਂ ਵਿੱਚ ਨੇ ਉਹਨਾਂ ਲਈ ਹੈ ਜੋ ਚਾਹਣ ਉਹਨਾਂ ਦੇ ਰੱਬ ਕੋਲ ਇਹੋ ਹੀ ਹੈ ਬੜੀ ਬਜ਼ੁਰਗੀ ਇਹੀ ਏ ਜਿਸ ਦੀ ਖੁਸ਼ਖਬਰੀ ਦਿੰਦਾ ਅੱਲਾ ਆਪਣੇ ਬੰਦਿਆਂ ਨੂੰ ਜਿੰਨਾ ਮੰਨਿਆ ਹੈ ਤੇ ਕੀਤੀਆਂ ਨੇ ਪਲਿਆਈਆਂ ਹਬੀਬ ਤੁਸੀਂ ਆਖੋ ਨਹੀਂ ਮੰਗਦਾ ਮੈਂ ਤੁਸਾਂ ਤੋਂ ਇਸ ਉੱਤੇ ਕੁਝ ਮਜ਼ਦੂਰੀ ਪਰ ਮੁਹੱਬਤ ਜ਼ਰੂਰ ਚਾਹੀਦੀ ਏ ਸਾਕਿਦਾਰਾਂ ਵਿੱਚ ਤੇ ਜਿਹੜਾ ਕਮਾਏਗਾ ਨੇਕੀ ਅਸੀਂ ਬਤਾ ਦੇਾਂਗੇ ਉਹਦੇ ਲਈ ਉਸ ਵਿੱਚ ਖੋਬੇ ਅੱਲਾ ਜ਼ਰੂਰ ਬਖਸ਼ਨਹਾਰ ਦਾ ਦਰਸ਼ਨਾਸੇ ਪਲਾ ਆਖਦੇ ਨੇ ਜੋੜ ਲਿਆ ਸੁ ਅੱਲਾ ਉੱਤੇ ਝੂਠ ਸੋਝੇ ਚਾਹੇ ਅੱਲਾ ਮੋਰਲਾ ਦੇ ਤੁਹਾਡੇ ਦਿਲ ਉੱਤੇ ਤੇ ਮਟਾਉਂਦਾ ਏ ਅੱਲਾ ਝੂਠ ਨੂੰ ਤੇ ਨਤਾਰਦਾ ਹੈ ਸੱਚ ਨੂੰ ਆਪਣੀਆਂ ਗੱਲਾਂ ਨਾਲ ਉਹ ਜ਼ਰੂਰ ਜਾਣਦਾ ਹੈ ਦਿਲਾਂ ਦੇ ਪੇਤ ਤੇ ਉਹੋ ਹੀ ਇਹ ਜਿਹੜਾ ਕਬੂਲ ਕਰਦਾ ਹੈ ਤੌਬਾ ਆਪਣੇ ਬੰਦਿਆਂ ਦੀ ਤੇ ਮਾਫ ਕਰਦਾ ਹੈ ਬੁਰਾਈਆਂ ਤੇ ਜਾਣਦਾ ਹੈ ਜੋ ਕਰਦੇ ਹੋ ਤੇ ਕਬੂਲ ਕਰਦਾ ਹੈ ਦੁਆ ਉਹਨਾਂ ਦੀ ਜਿਨ੍ਹਾਂ ਮੰਨਿਆ ਹੈ ਤੇ ਕੀਚੀਆਂ ਪੁਲਿਆਈਆਂ ਤੇ ਵਦੇਰਾ ਦਿੰਦਾ ਹੈ ਉਹਨਾਂ ਨੂੰ ਆਪਣੇ ਫਜ਼ਲ ਨਾਲ ਤੇ ਜਿਹੜੇ ਬੇਈਮਾਨ ਨੇ ਉਹਨਾਂ ਨੂੰ ਸਖਤ ਮਾਰੇ ਤੇ ਇਹ ਕਦੇ ਕੋਸ਼ਾਸ਼ ਕਰ ਦਿੰਦਾ ਹੈ ਅੱਲਾ ਰਜ਼ਕ ਦੀ ਆਪਣੇ ਸਭ ਬੰਦਿਆਂ ਲਈ ਤਾਂ ਫਸਾਦ ਮਚਾ ਦਿੰਦੇ ਜ਼ਮੀਨ ਵਿੱਚ ਪਰ ਉਤਾਰਦਾ ਹੈ ਅੰਦਾਜ਼ੇ ਨਾਲ ਜਿੰਨਾ ਚਾਹੇ ਉਹ ਜ਼ਰੂਰ ਆਪਣੇ ਬੰਦਿਆਂ ਦੀ ਖਬਰ ਰੱਖਦਾ ਹੈ ਵੇਖਦਾ ਹੈ ਕਿ ਉਹੋ ਹੀ ਹੈ ਜਿਹੜਾ ਉਤਾਰਦਾ ਹੈ ਮੀਂਹ ਪਿਛੇ ਇਸ ਦੇ ਜੋ ਆਸ ਤੋੜ ਬੈਠੇ ਤੇ ਫੈਲਾਉਂਦਾ ਹੈ ਮੇਰ ਆਪਣੀ ਚ ਉਹੋ ਹੀ ਕੰਮ ਬਣਾਉਣ ਵਾਲਾ ਸੜਾਇਆ ਹੋਇਆ ਤੇ ਉਹਦੀਆਂ ਨਿਸ਼ਾਨੀਆਂ ਵਿੱਚੋਂ ਹੀ ਬਣਾਣਾ ਆਸਮਾਨਾਂ ਤੇ ਜ਼ਮੀਨ ਦਾ ਤੇ ਜਿਤਨੇ ਖਲਾਅ ਦਿੱਤੇ ਸੂਦੋਵਾਂ ਵਿੱਚ ਜੰਗਦਾਰ ਤੇ ਉਸ ਦਾ ਉਹਨਾਂ ਨੂੰ ਇਕੱਠਿਆਂ ਕਰਨ ਉੱਤੇ ਜਦ ਚਾਏ ਬਸ ਚੱਲਦਾ ਹੈ ਤੇ ਜੋ ਪਹੁੰਚੇ ਤੁਹਾਨੂੰ ਕੋਈ ਮੁਸੀਬਤ ਸੁਬਦਲਾਏ ਤੁਹਾਡੇ ਹੱਥਾਂ ਦੀ ਕਮਾਈ ਦਾ ਤੇ ਮਾਫ ਕਰ ਦੇ ਬਤੇਰਾ ਕੁਝ ਤੇ ਨਹੀਂ ਤੁਸੀਂ ਠਕਾਨ ਜੋਗੇ ਨਸ ਕੇ ਜ਼ਮੀਨ ਵਿੱਚ ਅੱਲਾ ਨੂੰ ਤੇ ਨਹੀਂ ਤੁਹਾਡਾ ਸਵਾਲ ਅੱਲਾ ਦੇ ਕੋਈ ਕੰਮ ਬਣਾਉਣ ਵਾਲਾ ਤੇ ਨਾ ਮਦਦਗਾਰ ਤੇ ਉਹਦੀਆਂ ਨਿਸ਼ਾਨੀਆਂ ਵਿੱਚੋਂ ਨੇ ਤੁਰਦੇ ਨੇ ਜਹਾਜ਼ ਸਮੁੰਦਰ ਵਿੱਚ ਪਾੜਨ ਜਿਹੜੇ ਜੇ ਚਾਹੇ ਬੰਦ ਕਰ ਦੇ ਹਵਾ ਨੂੰ ਫਿਰ ਸਾਰਾ ਦਿਨ ਖਲੋਤੇ ਰਹਿਣ ਉਸ ਦੀ ਪਿੱਠ ਉਤੇ ਜ਼ਰੂਰ ਹੈ ਇਸ ਵਿੱਚ ਨਿਸ਼ਾਨੀਆਂ ਨੇ ਹਰ ਇੱਕ ਸਹਨੇ ਵਾਲੇ ਸ਼ੁਕਰਗੁਜ਼ਾਰ ਲਈ ਜਾਂ ਡੋਬ ਦੇ ਉਹਨਾਂ ਨੂੰ ਉਹਨਾਂ ਦੀ ਕਮਾਈ ਦੇ ਬਦਲੇ ਤੇ ਮਾਫੀ ਕਰੇ ਬਤੇਰਿਆਂ ਨੂੰ ਤਾਂ ਜਾਣ ਲੈਣ ਜਿਹੜੇ ਝਗੜੇ ਨੇ ਸਾਡੀਆਂ ਨਿਸ਼ਾਨੀਆਂ ਵਿੱਚ ਭਈ ਨਹੀਂ ਉਹਨਾਂ ਲਈ ਕੋਈ ਨਸਨ ਦਾ ਥਾਂ ਸੋ ਜੋ ਕੁਝ ਵੀ ਮਿਲਿਆ ਜੇ ਸੋ ਵਰਤਨ ਦੀ ਚੀਜ਼ ਹੈ ਦੁਨੀਆ ਦੇ ਜੀਉਣ ਦੀ ਤੇ ਜੋ ਕੁਝ ਅੱਲਾਹ ਕੋਲ ਹੈ ਚੰਗਾ ਹੈ ਤੇ دیر ਤੱਕ ਰਹਿਣ ਵਾਲਾ ਉਹਨਾਂ ਲਈ ਜਿੰਨਾ ਮੰਨਿਆ ਤੇ ਆਪਣੇ ਰਾਬੂ ਤੇ ਹੀ ਪਰੋਥਾ ਕਰਦੇ ਨੇ ਤੇ ਜਿਹੜੇ ਬਚਦੇ ਨੇ ਬੜੇ ਬੜੇ ਗੁਨਾਹਾਂ ਤੇ ਬੇਹਯਾਈ ਦੇ ਕਮਾਂ ਤੋਂ ਤੇ ਜਾਦੂ ਗੁੱਸਾ ਚ ਚੜ ਜਾਣੇ ਮਾਫ ਕਰਦੇ ਨੇ ਤੇ ਜਿਨ੍ਹਾਂ ਕਬੂਲ ਕੀਤਾ ਹੁਕਮ ਆਪਣੇ ਰੱਬ ਦਾ ਤੇ ਦਰੁਸਤ ਪੜੀ ਨਮਾਜ਼ ਤੇ ਕੰਮ ਉਹਨਾਂ ਦਾ ਸਲਾਹ ਨਾਲ ਆਪੇ ਵਿੱਚ ਤੇ ਸਾਡੇ ਦਿੱਤੇ ਵਿੱਚੋਂ ਕੁਝ ਖਰਚਦੇ ਨੇ ਤੇ ਉਹ ਜਿਹੜੇ ਜਦ ਪਹੁੰਚੇ ਉਹਨਾਂ ਨੂੰ ਜ਼ੁਲਮ ਉਹ ਬਦਲਾ ਲੈਂਦੇ ਨੇ ਤੇ ਬਦੀ ਦੀ ਸਜ਼ਾ ਬਦੀ ਏ ਉਹ ਜਈ ਫਿਰ ਜਿਨ ਮਾਫ ਕੀਤਾ ਤੇ ਸਵਾਰਿਆ ਸੋ ਉਹਦੀ ਮਜ਼ਦੂਰੀ ਏ ਅੱਲਾ ਕੋਲ ਜ਼ਰੂਰ ਉਹਨੂੰ ਨਹੀਂ ਪਾਉਂਦੇ ਜ਼ੁਲਮ ਕਰਨ ਵਾਲੇ ਜਿਨ ਬਦਲਾ ਲਿਆ ਪਿੱਛੇ ਆਪਣੇ ਉੱਤੇ ਜ਼ੁਲਮ ਉਠਾਣ ਦੇ ਸੋ ਉਹੋ ਨੇ ਜਿਨ੍ਹਾਂ ਦੇ ਸਿਰ ਉਲਾਮੇ ਦਾ ਕੋਈ ਰਾਹ ਨਹੀਂ ਉਲਾਮੇ ਦਾ ਰਾਹ ਹੈ ਨਿਹਰਾ ਉਹਨਾਂ ਦੇ ਸਿਰ ਜਿਹੜੇ ਜ਼ੁਲਮ ਕਰਦੇ ਨੇ ਲੋਕਾਂ ਉੱਤੇ ਤੇ ਫਸਾਦ ਮਚਾਣ ਦੇ ਨੇ ਜ਼ਮੀਨ ਵਿੱਚ ਨਾ ਹੱਕ ਉਹੋ ਨੇ ਜਿਨ੍ਹਾਂ ਨੂੰ ਦੁੱਖ ਦੀ ਮਾਰ ਹੈ ਤੇ ਜਿਨ ਸਬਰ ਕੀਤਾ ਤੇ ਮੁਆਫ ਕੀਤਾ ਬੇਸ਼ੱਕ ਇਹ ਹੀ ਜ਼ਰੂਰੀ ਉੱਚੇ ਕਮਾ ਵਿੱਚੋਂ ਤੇ ਜਿਨੂੰ ਰਾਹ ਪਲਾਈ ਅੱਲਾ ਸੋ ਨਹੀਂ ਉਹਦਾ ਕੋਈ ਕੰਮ ਬਣਾਉਣ ਵਾਲਾ ਪਿੱਛੇ ਉਸ ਦੇ ਤੇ ਤੂੰ ਵੇਖੇਂਗਾ ਜ਼ਾਲਮਾਂ ਨੂੰ ਜਦ ਵੇਖਣਗੇ ਅਜ਼ਾਬ ਆਖਣਗੇ ਪਲਾ ਹੈ ਮੁੜ ਕੇ ਜਾਣੇ ਦੀ ਵੀ ਕੋਈ ਰਾਹ ਤੇ ਤੂੰ ਵੇਖੇਂਗਾ ਉਹਨਾਂ ਨੂੰ ਸਾਹਮਣੇ ਕੀਤੇ ਜਾਣਗੇ ਅੱਗ ਦੇ ਅੱਜ ਦੀ ਕਰਦੇ ਖਵਾਰੀ ਥੀ ਵੇਖਦੇ ਨੇ ਅਧ ਖੁਲੀ ਅੱਖ ਦੇ ਪਾਸਿਓਂ ਤੇ ਆਖਣਗੇ ਇਮਾਨ ਵਾਲੇ ਪਈ ਘਾਟੇ ਵਾਲੇ ਜ਼ਰੂਰ ਉਹ ਨੇ ਜਿਨ੍ਹਾਂ ਘਾਟੇ ਵਿੱਚ ਪਾ ਦਿੱਤੀਆਂ ਜਾਣਾ ਆਪਣੀਆਂ ਤੇ ਕਰਦੇ ਆਪਣੇ ਦਿਨ ਕਿਆਮਤ ਦੇ ਸੁਣ ਰੱਖੋ ਜ਼ਾਲਮ ਜ਼ਰੂਰ ਹਮੇਸ਼ਾ ਦੇ ਅਜ਼ਾਬ ਵਿੱਚ ਨੇ ਤੇ ਨਾ ਹੋਣਗੇ ਉਹਨਾਂ ਦੇ ਕੋਈ ਹਮੈਤੀ ਜੋ ਮਦਦ ਕਰਨ ਉਹਨਾਂ ਦੀ ਸਵਾ ਅੱਲਾ ਦੇ ਤੇ ਜਿਸ ਨੂੰ ਰਾਹ ਭੁਲਾ ਦੇ ਅੱਲਾ ਸੁ ਨਹੀਂ ਉਹਦੇ ਲਈ ਕੋਈ ਰਾਹ ਮਨੁਲਾ ਹੁਕਮ ਆਪਣੇ ਰੱਬ ਦਾ ਪਹਿਲੇ ਇਸ ਦੇ ਜਵਾਬ ਹੈ ਇੱਕ ਦਿਨ ਜਿਸ ਲਈ ਟਲਣਾ ਨਹੀਂ ਅੱਲਾ ਵੱਲੋਂ ਨਹੀਂ ਤੁਸਾਂ ਲਈ ਕੋਈ ਥਾਂ ਪਨਾਹ ਦਾ ਉਸ ਦਿਨ ਤੇ ਨਾ ਚਲਣਾ ਹੈ ਤੁਸਾਂ ਦਾ ਕੁਝ ਇਨਕਾਰ ਫਿਰ ਜੇ ਮੂੰਹ ਮੋੜਨ ਇਹ ਹਬੀਬ ਤਾਂ ਨਹੀਂ ਭੇਜਿਆ ਸਾ ਤੁਹਾਨੂੰ ਉਹਨਾਂ ਉੱਤੇ ਰੱਖਾ ਤੇਰੇ ਜ਼ਿੰਮੇ ਨਹੀਂ ਪਰ ਨੀਰਾ ਪੈਗਾਮ ਪਹੁੰਚਾ ਦੇਣਾ ਕਿ ਅਸੀਂ ਜਦ ਚਖਾਈ ਆ ਆਦਮੀ ਨੂੰ ਆਪਣੇ ਵੱਲੋਂ ਮਹਿਰ ਮਸਤ ਹੋ ਜਾਂਦਾ ਉਸ ਨਾਲ ਜੇ ਪਹੁੰਚੇ ਉਹਨਾਂ ਨੂੰ ਮੁਸੀਬਤ ਬਦਲੇ ਉਸ ਦੇ ਜੋ ਅੱਗੇ ਤੋਰਿਆ ਉਹਨਾਂ ਦੇ ਹੱਥਾਂ ਨੇ ਤਾਂ ਆਦਮੀ ਜ਼ਰੂਰ ਬੜਾ ਨਾਸ਼ੁਕਰਾ ਹੈ ਅੱਲਾ ਹੀ ਦਾ ਰਾਜ ਹੈ ਆਸਮਾਨਾਂ ਤੇ ਜ਼ਮੀਨ ਦਾ ਪੈਦਾ ਕਰਦਾ ਜੋ ਚਾਹੇ ਬਖਸ਼ਦਾ ਜਿਸ ਨੂੰ ਚਾਹੇ ਧੀਆ ਤੇ ਬਖਸ਼ ਦੇਂਦਾ ਜਿਸ ਨੂੰ ਚਾਹੇ ਪੁੱਤਰ ਇਹ ਜੋੜ ਕੇ ਦੇਂਦਾ ਉਹਨਾਂ ਨੂੰ ਪੁੱਤਰ ਤੇ ਧੀਆ ਤੇ ਕਰ ਦੇਂਦਾ ਜਿਹਨੂੰ ਚਾਹੇ ਸੰਢ ਉਹ ਜ਼ਰੂਰ ਜਾਣਨ ਵਾਲਾ ਹੈ ਕਰਨ ਜੋਗਾ ਤੇ ਚੱਲਿਆ ਨਹੀਂ ਜਾਂਦਾ ਕਿਸੇ ਆਦਮੀ ਤੋਂ ਜੋ ਗੱਲਾਂ ਕਰੇ ਉਸ ਨਾਲ ਲਾਹ ਪਰ ਦਿਲ ਵਿੱਚ ਯਾ ਪਰਦੇ ਦੇ ਪਿੱਛੋਂ ਦੀ ਯਾ ਭੇਜੇ ਫਰਿਸ਼ਤੇ ਨੂੰ ਫੇਰ ਫਰਿਸ਼ਤਾ ਪਹੁੰਚਾਵੇ ਉਸ ਦੇ ਹੁਕਮ ਨਾਲ ਜੋ ਖੁਦਾ ਚਾਹੇ ਜ਼ਰੂਰ ਉਹ ਉੱਚਾ ਹੈ ਹਕਮਤਾਂ ਵਾਲਾ ਤੇ ਇਸੇ ਤਰ੍ਹਾਂ ਭੇਜੇ ਹੀ ਅਸਾਂ ਤੇਰੇ ਵਾਲੀ ਇੱਕ ਫਰਿਸ਼ਤਾ ਆਪਣੇ ਹੁਕਮ ਨਾਲ ਤੂੰ ਨਹੀਂ ਸਾਂ ਜਾਣਦਾ ਕਿ ਇਹ ਕਿਤਾਬ ਤੇ ਨਾ ਇਮਾਨ ਪਰ ਅਸਾਂ ਇਹ ਚਾਨਣ ਬਣਾਇਆ ਹੈ ਰਾ ਪਾਣਿਆ ਇਸ ਨਾਲ ਜਿਸ ਨੂੰ ਚਾਹਨੇ ਆ ਆਪਣੇ ਬੰਦਿਆਂ ਵਿੱਚੋਂ ਤੇ ਤੂੰ ਜ਼ਰੂਰ ਪਾਣਾ ਹੈ ਸਿੱਧੇ ਰਾ ਅੱਲਾ ਜਰਾ ਜਿਸ ਦਾ ਮਾਲ ਹੈ ਜੋ ਕੁਝ ਆਸਮਾਨਾਂ ਵਿੱਚ ਤੇ ਜੋ ਜ਼ਮੀਨ ਵਿੱਚ ਸੁਣਨਾ ਹੈ ਅੱਲਾ ਹੀ ਵੱਲ ਮੁੜਦੇ ਨੇ ਸਭ ਕੰਮ